ਜਲੰਧਰ ਵਿੱਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਕੇ ਪੁਲਿਸ ਦੀਆਂ ਨਾਕਾਮੀਆਂ ਨੂੰ ਉਜਾਗਰ ਕਰ ਰਹੇ ਹਨ। ਅਜਿਹਾ ਇੱਕ ਮਾਮਲਾ ਜਲੰਧਰ ਦੇ ਗੜਾ ਖੇਤਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਭਾਰਦਵਾਰ ਜਵੈਲਰੀ ਸ਼ਾਪ ਵਿੱਚ ਇੱਕ ਲੁਟੇਰੇ ਨੇ 2 ਸੋਨੇ ਦੀ ਚੈਨ ਅਤੇ ਅੰਗੂਠੀ ਲੈ ਆਪਣੇ ਸਾਥੀ ਸਹਿਤ ਸਫੇਦ ਕਾਰ ਵਿੱਚ ਫਰਾਰ ਹੋ ਗਏ। ਇਹ ਘਟਨਾ CCTV ਵਿੱਚ ਕੈਦ ਹੋਈ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ASI ਥਾਣਾ ਡਿਵੀਜ਼ਨ ਨੰਬਰ 7 ਦੇ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ 2 ਨੌਜਵਾਨ ਹੌਂਡਾ ਸਿਟੀ ਸਫੇਦ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਫਿਲਹਾਲ ਪੁਲਿਸ ਨੇ ਲੁੱਟ ਦਾ ਮਾਮਲਾ ਦਰਜ ਕੀਤਾ ਹੈ ਅਤੇ ਜਲਦ ਹੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਰ, 2 ਲੜਕੇ ਆਏ ਕਸਟਮਰ ਬਣ ਕੇ ਤੇ ਕਹਿੰਦੇ ਸਟੇਜ ਦੇ ਚੈਨ ਪਿਕ ਵੀ 2 ਚੈਨਾਂ ਜਾਂ ਤਾਂ ਹੋਊ 10 ਤੋਂ 15 ਕੰਮ ਦੇ ਗ੍ਰਿਫਤ ਕਰ ਲਈ ਸਨ ਤੇ ਚੈਨਾਂ ਦੇਖਦੇ ਪਏ ਦੇ 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 ਚੰਗੇ ਰੇਡੂ ਬਣਾਇਆ ਚੈਨਾਂ ਦਾ ਤੇ ਇਹਦਾ ਚੈਨਾਂ ਫੜ ਗਏ ਨਾਲ ਹੀ ਚੱਕ ਕੇ ਦੋ ਹੋ ਗਏ ਬਾਹਰ ਨੂੰ ਇੱਕ 2 ਚੈਨਾਂ ਤੇ ਮੁੰਦਰੀ ਚੱਕ ਦੋ। ਕਿਸ ਚੀਜ਼ ਦੇ ਉੱਤੇ ਦੁਕਾਨ ਦੇ ਉੱਤੇ ਆਏ ਸੀ? ਇਹ ਸਿਟੀ ਹੋਟਲ ਕਾਰ ਸੀ ਤੇ ਮੇਰੇ ਕੋਲ ਲੜਕਾ ਅੰਦਰ ਇੱਕ ਆਇਆ ਇੱਕ ਗੱਡੀ ਬੈਠਾ ਸੀ ਗੱਡੀ 'ਚ ਕਹਿੰਦੇ ਕਿ ਸਰਦਾਰ ਰੱਖਣੇ ਸੀ ਲੜਕਾ ਹਾਲ ਬਾਰ ਬਾਰ ਦੇਖਿਆ ਇਹਨਾਂ ਦੇਖਿਆ ਕਹਿੰਦੇ ਸਰਦਾਰ ਰੱਖਣੇ ਸੀ। ਜਦੋਂ ਦੁਕਾਨ ਤੇ ਆਣ ਕੇ ਤੁਹਾਡੇ ਕੋਲ ਸਮਾਨ ਦੇਖਣ ਲੱਗੇ ਕੋਈ ਤੁਹਾਨੂੰ ਸ਼ੱਕ ਵਗੈਰਾ ਨਹੀਂ ਆਇਆ ਉਹਨਾਂ ਦੇ ਉੱਤੇ ਕਿ ਇੱਦਾਂ? ਨਹੀਂ, ਮੇਰੇ ਕੋਲ ਨੋਰਮਲ ਕਸਟਮਰ ਬਣ ਕੇ ਆਏ ਨੋਰਮਲ ਕਸਟਮਰ ਨਾਲ ਗੱਲ ਕਰਨ ਉੱਤੇ ਗੱਲ ਕਰ ਰਿਹਾ ਸੀ ਮੇਰੇ ਕੋਲ ਸ਼ੱਕ ਤਾਂ ਪੈਂਦਾ ਜਾਂ ਬੰਦਾ ਹੁੰਦਾ ਵੀ ਥੋੜ੍ਹਾ ਸ਼ਕਲ ਦੇਖਣ ਸਹੀ ਲੱਗੇ ਉਹਨਾਂ ਦੀ ਤੇ ਗੱਲਬਾਤ ਇਹ ਕਰਕੇ ਸਟੇਜ ਚੈਨ ਭੇਜੀ ਕੋਈ 10-15 ਰੰਗ ਰੇਂਜ ਚੈਨ ਆਇਆ। ਕਿੰਨੇ ਕੁ ਦਾ ਸਮਾਨ ਸੀਗਾ ਜਿਹੜਾ ਤੁਹਾਡੇ ਕੋਲ ਲੈ ਗਏ ਤੁਹਾਡੀ ਦੁਕਾਨ ਤੋਂ? 1-25 ਹਜ਼ਾਰ ਦਾ ਸਮਾਨ ਰੇਂਜ ਦਾ ਸਮਾਨ। ਕਿ ਤੁਹਾਨੂੰ ਨਹੀਂ ਲੱਗਦਾ ਦਿਨ ਦਿਹਾੜੇ ਜਿੱਦਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਪੁਲਿਸ ਨੂੰ ਇਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਆ, ਆਪਣੀ ਗਸ਼ਤ ਵਧਾਉਣੀ ਚਾਹੀਦੀ ਆ? ਦੇਖੋ, ਕਾਰਵਾਈ ਕੁਛ ਕੀ ਕਰਦੀ ਆ, ਅੱਗੇ ਵੈਸੇ ਅੱਗੇ ਵੀ ਕਾਰਡ ਸੁਣੇ ਸੀ ਨਾਂ ਤੇ, ਪਹਿਲੇ ਸੁਣੇ ਸੀ, ਅੱਜ ਦੇਖ ਲਏ ਦਿਨ ਦਿਹਾੜੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ? ਪਹਿਲੇ ਸੁਣੇ ਸੀ ਕਿ ਦਿਨ ਦਿਹਾੜੇ ਤਾਂ ਹੁੰਦੇ ਨੇ, ਪਰ ਐਸ ਕੀ ਪਹਿਲੀ ਵਾਰ ਮੇਰੇ ਤਾਂ ਹੋਇਆ, ਮੈਂ ਵੀ ਦੇਖ ਲਿਆ ਫਿਰ ਤਾਂ। ਤੇ ਤੁਸੀਂ ਪਿੱਛੇ ਭੱਜਣ ਦੀ ਵੀ ਉਹਨਾਂ ਨੂੰ ਫੜ ਕੇ ਫੜਨ ਦੀ ਕੋਸ਼ਿਸ਼ ਕੀਤੀ ਮਗਰ ਉਹ ਨਹੀਂ ਆਏ? ਪਿੱਛੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਸਿਟੀ ਹੋਣਾ ਗੱਡੀ 'ਚ ਬਹਿ ਕੇ ਬਹੁਤ ਤੇਜ਼ ਦੌੜੇ ਨੇ, ਜਿਨ੍ਹਾਂ ਨੇ ਆਂਢ ਗੁਆਂਢ ਦੇਖਿਆ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਨੰਬਰ ਵੀ ਤੁਹਾਨੂੰ ਦੇਖਿਆ, ਉਸੇ 60-80 ਨੰਬਰ ਦੱਸਿਆ ਉਹਨਾਂ ਨੇ ਕਈਆਂ ਨੇ, ਬਾਕੀ PV0 ਅੱਗੇ ਕੀ ਹੈਗਾ ਉਹ ਨਹੀਂ ਕਲੀਅਰ ਹੋ ਰਿਹਾ ਤੇ ਜਿਹਨਾਂ ਦੇਖਿਆ ਉਹਨਾਂ ਨੇ ਦੱਸਿਆ ਕਿ 60-80 ਨੰਬਰ ਸੀ ਦਿੱਤੇ ਉਹਨਾਂ ਨੇ। ਤਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਆਸ਼ਵਾਸਨ ਦਵਾਇਆ ਗਿਆ? ਔਰ ਕਹਿ ਰਹੇ ਸੀ ਸਿਟੀ ਬਾਕੀ ਗੱਡੀਆਂ ਮਤਲਬ ਕੈਮਰੇ 'ਚ ਕੁੜੀ ਦੇਖਾਂਗੇ, ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਤੁਹਾਨੂੰ ਦੇਖਾਂਗੇ। ਇਹਦੀ ਭਾਦਵਾਜ ਜਿਊਲਰ ਦੀ ਹੈਗੀ ਹੈ ਜੀ, ਉਹਨਾਂ ਦੀ ਦੁਕਾਨ ਹੈ ਨੇੜੇ ਦਿਆਨੰਦ ਚੌਂਕ, ਉੱਥੇ 2 ਆਏ ਗੱਡੀ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਜਣਾ ਅੰਦਰ ਗਿਆ ਅਤੇ ਉਹਨੇ ਜਾ ਕੇ ਕਿਹਾ ਮੈਨੂੰ ਚੈਨੀਆਂ ਦਿਖਾਓ, ਅਤੇ ਉਹ ਚੈਨੀਆਂ ਦਿਖਾਉਣ ਲੱਗ ਪਏ ਹੈ ਜੀ, ਅਤੇ ਜਦੋਂ ਉਹਨਾਂ ਦਾ ਧਿਆਨ ਥੋੜ੍ਹਾ ਜਿਹਾ ਸਾਈਡ 'ਤੇ ਹੋਇਆ ਤਾਂ ਉਹਨੇ 2 ਚੈਨੀਆਂ ਇੱਕ ਬੁੰਦਰੀ ਚੱਕ ਕੇ ਉਹ ਮੁੰਡਾ ਦੌੜ ਕੇ ਇਹਦੇ ਆਣ ਕੇ ਗੱਡੀ 'ਚ ਬਹਿ ਗਿਆ, ਗੱਡੀ ਪਹਿਲਾਂ ਸਟਾਰਟ ਸੀ ਉਹ ਗੱਡੀ ਕੋਲ ਚਲੇ ਗਈ। ਸਰ, ਲੋਕ ਟਰੇਸ ਕਰ ਰਹੇ ਆ, ਨੰਬਰ ਚੈੱਕ ਕਰ ਰਹੇ ਆ ਉਹਨਾਂ ਦਾ ਵੀ ਕਿਤੇ ਨੰਬਰ ਮਿਲ ਜੇ ਆਪਾਂ ਨੂੰ ਕੈਮਰੇ ਚੈੱਕ। ਸਰ, ਕਿਸ ਚੀਜ਼ ਦੇ ਉੱਤੇ ਆਏ ਸੀਗੇ ਦੁਕਾਨ 'ਤੇ? ਉਹ ਗੱਡੀ ਸੀ ਅਤੇ ਵਾਈਟ ਹੌਂਡਾ ਸਿਟੀ ਦੱਸਦੇ ਆ ਜੀ। ਗੱਡੀ ਨੰਬਰ ਪਤਾ ਸਰ? ਨੰਬਰ 3 ਟਰੇਸ ਹੋਇਆ ਜੀ ਦਾ। ਓਕੇ, ਅਤੇ ਦੁਕਾਨ ਦੇ ਅੰਦਰ ਸਰ ਕਿੰਨੇ ਕੁ ਦੀ ਜਿਹੜੀ ਆਪਣਾ ਸਮਾਨ ਦੀ ਲੁੱਟ ਹੋਈ ਆ ਉਹਦੇ ਬਾਰੇ ਦੱਸੋ। 2 ਚੈਨੀਆਂ ਜੀ, 1 ਬੰਦੀ। ਓਕੇ, ਅਤੇ ਸਰ ਕੀ ਪਹਿਰਾਵਾ ਸੀਗਾ ਉਹਨਾਂ ਵਿਅਕਤੀਆਂ ਦਾ ਜਿਹੜੇ ਆਏ ਸੀਗੇ? ਉਹਨੇ ਕੈਪ ਪਹਿਨੀ ਹੋਈ ਸੀ ਅਤੇ ਟੀ ਸ਼ਰਟ ਸੀ, ਕੈਪਰੀ ਵਗੈਰਾ ਪਾਈ ਸੀ, ਇੱਕ ਨੂੰ ਦੂਜੀ ਤਾਂ ਉਹਨਾਂ ਨੂੰ ਦੇਖਿਆ ਉਹ ਗੱਡੀ ਸੀ। ਸਰ, ਦਿਨ ਦਿਹਾੜੇ ਇੱਦਾਂ ਦੀਆਂ ਲੁੱਟਾਂ ਹੋ ਰਹੀਆਂ ਸ਼ਹਿਰ ਦੇ ਵਿੱਚ, ਅਤੇ ਕੀ ਆਪਣੇ ਵੱਲੋਂ ਕਾਰਵਾਈ ਕੀਤੀ ਜਾਊਗੀ? ਆਪਾਂ ਇੱਕ ਤਾਂ ਪਹਿਲਾਂ ਮੁਕਦਮਾ ਦਰਜ ਕਰਕੇ ਅੱਗੋਂ ਜਿਹੜੇ ਆਪਣਾ ਕੈਮਰੇ ਚੈੱਕ ਕਰ ਰਹੇ ਹਾਂ, ਤਫਤੀਸ਼ ਕਰਕੇ ਜੋ ਵੀ ਕਾਰਵਾਈ ਕਰਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।